ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਾਡੇ ਪਲੇਟਫਾਰਮ ਮਾਸਟਰ ਕਲਾਸਿਸ ਪਟਿਆਲਾ ਤੇ। ਜਿਵੇਂ ਕਿ ਅਸੀਂ ਮੇਨਸ ਦੀ ਆਨਸਰ ਰਾਈਟਿੰਗ ਸੀਰੀਜ਼ ਸ਼ੁਰੂ ਕੀਤੀ ਹੋਈ ਆ, ਤੇ ਸਾਡੀ ਇਹ ਜਿਹੜੀ ਸੀਰੀਜ਼ ਆ ਬੇਸਿਕਲੀ ਉਹਦੇ 'ਚ ਇਹ ਕੁਐਸਚਨਸ ਜਿਹੜੇ ਆ ਉਹ ਆਨਸਰ ਰਾਈਟਿੰਗ ਦੇ ਫੋਲਡਰ 'ਚ ਜਾ ਰਹੇ ਆ। ਅਸੀਂ ਬਹੁਤ ਸਾਰੇ ਐਸਪੀਰੈਂਟਸ ਨੂੰ ਇਹ ਵੀ ਕਹਿੰਦੇ ਆ ਕਿ ਉਹ ਆਨਸਰ ਲਿਖ ਲਿਖ ਕੇ ਭੇਜਣ, ਤੇ ਉਹ ਭੇਜ ਵੀ ਰਹੇ ਆ। ਸੋ ਉਸੇ ਤਹਿਤ ਅਸੀਂ ਪੰਜਾਬ PCS ਮੇਨਸ ਦੇ ਮਾਡਰਨ ਹਿਸਟਰੀ ਦੇ ਆਨਸਰ, ਕਿਉਂਕਿ ਤੁਹਾਨੂੰ ਵੀ ਪਤਾ ਕਿ ਪੰਜਾਬ PCS ਦੇ ਮੇਨਸ ਦੇ 13, 15, 18 ਤੇ 20 ਨਵੇਂ ਪੈਟਰਨ ਨਾਲ ਪੇਪਰ ਹੋਏ ਆ। ਉਹਨਾਂ 'ਚੋਂ ਇਹ ਪਹਿਲਾ ਭਾਗ ਆ, ਠੀਕ ਆ, ਜਿਹਦੇ 'ਚ ਅਸੀਂ ਮਾਡਰਨ ਹਿਸਟਰੀ ਦੇ, ਅਤੇ ਮੈਂ ਇਸ ਤੋਂ ਅਗਲਾ ਜਿਹੜਾ ਸਾਡਾ ਕਨਸੈਪਟ ਆ ਉਹ ਸਾਇੰਸ ਆ। ਕਿਉਂਕਿ ਜਦੋਂ ਅਸੀਂ ਬਾਈਲਿੰਗੁਅਲ ਦੀ ਗੱਲ ਕਰਦੇ ਹਾਂ ਨਾ, ਬਾਈਲਿੰਗੁਅਲ ਕੁਐਸਚਨਸ ਲਿਖਣ ਦੀ ਅੰਗਰੇਜ਼ੀ ਅਤੇ ਪੰਜਾਬੀ 'ਚ, ਤਾਂ ਬਹੁਤ ਸਾਰੇ ਐਸਪੀਰੈਂਟਸ ਨੂੰ ਇਹ ਡਾਊਟ ਰਹਿੰਦੀ ਆ ਕਿ ਕੀ ਤੁਸੀਂ ਬਾਈਲਿੰਗੁਅਲ 'ਚ ਸਾਇੰਸ ਵੀ ਪੜ੍ਹਾਓਗੇ, ਇਨਵਾਇਰਮੈਂਟ ਵੀ, ਕਿ ਕਿਤੇ ਉਹ ਤਾਂ ਨਹੀਂ ਗੂਗਲ ਟਰਾਂਸਲੇਟ ਵਾਲੀ। ਤਾਂ ਉਹ ਸਾਰੇ ਵਹਿਮ ਦੂਰ ਕਰਨ ਵਾਸਤੇ ਹੀ ਅਸੀਂ ਇਹ ਆਨਸਰ ਰਾਈਟਿੰਗ ਕਰਵਾ ਰਹੇ ਹਾਂ, ਕਿਉਂਕਿ ਆਨਸਰ ਰਾਈਟਿੰਗ ਪੰਜਾਬੀ ਮੀਡੀਅਮ 'ਚ, ਠੀਕ ਆ। ਬਹੁਤ ਸਾਰੇ ਐਸਪੀਰੈਂਟਸ ਮੈਨੂੰ ਇਹ ਵੀ ਕਹਿੰਦੇ ਆ ਕਿ ਸਰ ਆਪਣਾ ਸਟੱਡੀ ਮਟੀਰੀਅਲ ਦੇ ਦਿਓ। ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਸਟੱਡੀ ਮਟੀਰੀਅਲ ਕਿਸੇ ਕੰਮ ਦਾ ਨਹੀਂ ਜਦੋਂ ਤੱਕ ਤੁਸੀਂ ਕਿਸੇ ਕਲਾਸਾਂ ਨਹੀਂ ਲਾਈਆਂ। ਮੇਰੇ ਤੋਂ ਛੱਡੋ, ਤੁਸੀਂ ਕਿੰਨਿਆਂ ਤੋਂ ਸਟੱਡੀ ਮਟੀਰੀਅਲ ਮੰਗਵਾ ਕੇ ਧੋਖਾ ਖਾ ਕੇ ਦੇਖ ਲਿਆ, ਨਾਲੇ ਉਹਨਾਂ ਨੂੰ ਗਾਲਾਂ ਕੱਢੋਗੇ, ਨਾਲੇ ਸਾਨੂੰ ਕਹੋਗੇ। ਸਟੱਡੀ ਮਟੀਰੀਅਲ ਦੀ ਉਦੋਂ ਤੱਕ ਕੋਈ ਰੈਲੀਵੈਂਸ ਨਹੀਂ ਜਦੋਂ ਤੱਕ ਉਹ ਆਪ ਨਹੀਂ। ਕਿਉਂ? ਕਈ ਵਾਰੀ ਸਟੱਡੀ ਮਟੀਰੀਅਲ 'ਚ ਵੀ ਗਲਤੀਆਂ ਹੁੰਦੀਆਂ, ਤਾਂ ਸਾਰੀਆਂ ਗਲਤੀਆਂ ਪੜ੍ਹਾਉਣ ਵਾਲਿਆਂ ਨੇ ਠੀਕ ਕਰਨੀਆਂ ਹੁੰਦੀਆਂ। ਸਟੱਡੀ ਮਟੀਰੀਅਲ ਕਿਤਾਬਾਂ ਵਾਂਗ ਬਿਲਕੁਲ ਔਥੈਂਟਿਕ ਨਹੀਂ ਹੁੰਦੇ, ਉਹਦੀ ਵਜ੍ਹਾ ਇਹ ਆ ਕਿਉਂਕਿ ਉਹਦੇ ਮਗਰ ਇੱਕ ਬੈਕਅਪ 'ਚ ਬੰਦਾ ਖੜਾ ਹੁੰਦਾ ਹੈ। ਤੁਸੀਂ ਸਟੱਡੀ ਮਟੀਰੀਅਲ ਮੰਗਵਾ ਲੈਂਦੇ ਹੋ ਪੈਸਿਆਂ ਦਾ, ਅਤੇ ਉਹਦੇ ਮਗਰ ਬੈਕਅਪ ਵਾਸਤੇ ਉਹ ਟੀਚਰ ਤੁਹਾਡੇ ਕੋਲ ਅਵੇਲੇਬਲ ਨਹੀਂ, ਫਿਰ ਤੁਸੀਂ ਉਹਨਾਂ ਨੂੰ ਗਲਤ ਵੀ ਬੋਲਦੇ ਹੋ ਕਿ ਬਈ ਇਹਨਾਂ ਨੇ ਸਾਨੂੰ ਠੱਗ ਲਿਆ। ਇਸੇ ਕਰਕੇ ਅਸੀਂ ਕਿਸੇ ਨੂੰ ਵੀ ਆਪਣਾ ਸਟੱਡੀ ਮਟੀਰੀਅਲ ਨਹੀਂ ਦਿੰਦੇ। ਇਸ ਕਰਕੇ ਨਹੀਂ ਕਿ ਅਸੀਂ ਕਿਸੇ ਨੂੰ ਫੋਰਸਫੁਲੀ ਕਹਿ ਰਹੇ ਹਾਂ ਕਿ ਕੋਰਸ ਲਓ, ਉਹ ਇਸ ਕਰਕੇ ਕਿ ਅਸੀਂ ਨਹੀਂ ਚਾਹੁੰਦੇ ਕਿ ਉਹ ਸਾਡੇ ਸਟੱਡੀ ਮਟੀਰੀਅਲ 'ਤੇ ਬਿਨਾਂ ਵਜ੍ਹਾ ਤੋਂ ਪੈਸੇ ਖਰਚੇ। ਬਾਈਲਿੰਗੁਅਲ ਆ ਸਾਡਾ ਇਹ ਕਨਸੈਪਟ। ਆਹ ਜਿਹੜਾ ਕੁਐਸਚਨ ਆ ਜੀ, ਕ੍ਰਿਟੀਕਲੀ ਡਿਸਕਸ ਸਿਮਿਲੈਰਿਟੀ ਐਂਡ ਡਿਫਰੈਂਸ ਬਿਟਵੀਨ ਨੌਨ ਕੋਆਪਰੇਸ਼ਨ ਐਂਡ ਸਿਵਲ ਡਿਸਓਬੀਡੈਂਸ। ਇਹ ਕੁਐਸਚਨ ਇੰਗਲਿਸ਼ ਮੀਡੀਅਮ 'ਚ ਆ, ਅਤੇ ਇਹਦੀ ਡਿਸਕਸ਼ਨ ਜਾ ਚੁੱਕੀ ਆ ਸਾਡੀ, ਅਤੇ ਇਹ ਰਿਸ਼ਵਿੰਦਰ ਕਰਨਵੀਰ ਜੀ ਕਰ ਚੁੱਕੇ ਆ। ਹੁਣ ਅਸਹਿਯੋਗ ਅਤੇ ਸਿਵਲ ਨਾ ਫਰਮਾਨੀ ਅੰਦੋਲਨ ਵਿਚਕਾਰ ਸਮਾਨਤਾਵਾਂ ਅਤੇ ਅੰਤਰਾਂ ਦੀ ਗੰਭੀਰਤਾ ਨਾਲ ਚਰਚਾ ਕਰੋ। ਮਕਸਦ ਇਹ ਆ ਕਿ ਸਾਡੇ ਦੋ ਅੰਦੋਲਨ ਗਾਂਧੀ ਜੀ ਨੇ ਸ਼ੁਰੂ ਕੀਤੇ ਸੀ, ਇੱਕ ਵੀਹਵੀਂ ਸਦੀ ਦੇ ਜਿਹੜਾ ਆਪਣਾ ਤੀਸਰਾ ਦਹਾਕਾ ਸੀਗਾ ਉਹਦੇ 'ਚ, ਅਤੇ ਇੱਕ ਚੌਥੇ ਦਹਾਕੇ 'ਚ। ਮਤਲਬ ਕੁੱਲ ਮਿਲਾ ਕੇ ਇੱਕ 1920 'ਚ ਸ਼ੁਰੂ ਹੁੰਦਾ ਹੈ ਅਤੇ ਇੱਕ 1930 'ਚ ਸ਼ੁਰੂ ਹੁੰਦਾ ਹੈ। ਇਸ ਅੰਦੋਲਨ ਦੀ ਖਾਸੀਅਤ ਕੀ ਹੈ? ਪਹਿਲੀ ਗੱਲ, ਇਹ ਦੋਨਾਂ ਅੰਦੋਲਨਾਂ ਨੇ ਦੇਸ਼ ਦੀ ਆਜ਼ਾਦੀ ਦਾ ਰਾਹ ਪੱਧਰਾ ਕੀਤਾ, ਠੀਕ ਹੈ। ਹੁਣ ਜਦੋਂ ਤੁਹਾਨੂੰ ਇਹ ਮੇਨਸ ਦੇ ਵਿੱਚ ਆ ਗਿਆ ਆਨਸਰ ਲਿਖਣ ਵਾਸਤੇ 2013 ਦੇ PCS ਦੇ ਮੇਨਸ ਦੇ ਪੇਪਰ 'ਚ, ਤਾਂ ਤੁਸੀਂ ਇੱਕ ਸ਼ਬਦ 'ਤੇ ਫੋਕਸ ਕਰੋ, ਕ੍ਰਿਟੀਕਲੀ ਇਗਜ਼ਾਮਿਨ ਕਰੋ। ਕਹਿੰਦਾ ਗੰਭੀਰਤਾ ਨਾਲ ਚਰਚਾ ਕਰਨੀ ਹੈ ਆਪਾਂ ਇਹਦੀ। ਕ੍ਰਿਟੀਕਲੀ ਇਗਜ਼ਾਮਿਨ ਦਾ ਮਤਲਬ ਆ ਕਿ ਇਹਨੂੰ ਬਹੁਤ ਥੋਰੋਲੀ ਅੰਦਰ ਜਾ ਕੇ ਤੁਸੀਂ ਇਹਦੇ 'ਚ ਡਿਫਰੈਂਸ ਅਤੇ ਸਿਮਿਲੈਰਿਟੀਜ਼ ਪਤਾ ਕਰਨੀਆਂ ਲਿਆ ਕੇ। ਹੁਣ ਦੇਖੋ, ਜੇ ਕੋਈ ਮੈਨੂੰ ਕਹੇ ਕਿ ਅਸਹਿਯੋਗ ਅੰਦੋਲਨ ਅਤੇ ਸਿਵਲ ਨਾ ਫਰਮਾਨੀ ਅੰਦੋਲਨ ਦੋਵੇਂ ਗਾਂਧੀਵਾਦੀ ਅੰਦੋਲਨ ਸਨ, ਮਤਲਬ ਗਾਂਧੀ ਦੁਆਰਾ ਸ਼ੁਰੂ ਕੀਤੇ ਜਾਣ, ਅਤੇ ਬ੍ਰਿਟਿਸ਼ ਭਾਰਤ ਦੇ ਯੁੱਗ ਵਿੱਚ 20ਵੀਂ ਸਦੀ ਦੇ ਪਹਿਲੇ ਅੱਧ ਦੌਰਾਨ ਆਜ਼ਾਦੀ ਸੰਘਰਸ਼ ਦੌਰਾਨ ਇਹਨਾਂ ਦੋਵਾਂ ਨੇ ਯੋਗਦਾਨ ਪਾਇਆ, ਨੋ ਡਾਊਟ, ਠੀਕ ਆ। ਸੋ ਦੋਵਾਂ ਨੇ ਯੋਗਦਾਨ ਪਾਇਆ, ਪਰ ਹਾਂ, ਜੇ ਮੈਂ ਗੱਲ ਕਹਾਂ NCM ਅਤੇ CDM, ਚਲੋ ਮੈਂ ਥੋੜ੍ਹਾ ਜਿਹਾ ਸ਼ੋਰਟ 'ਚ ਲਿਖਤਾ, ਤੁਸੀਂ ਪੰਜਾਬੀ ਮਾਧਿਅਮ ਵਾਲਿਓ, ਤੁਸੀਂ ਨਹੀਂ ਐਵੇਂ ਦਾ ਕੰਮ ਚਲਾਓਗੇ। ਤੁਸੀਂ ਬਕਾਇਦਾ ਦੱਸੋਗੇ ਕਿ ਅਸਹਿਯੋਗ ਅੰਦੋਲਨ ਅਤੇ ਨਾ ਫਰਮਾਨੀ ਅੰਦੋਲਨ ਵਿਚਕਾਰ ਸਮਾਨਤਾਵਾਂ, ਤਾਂ ਇਹਨਾਂ ਦੋਵਾਂ 'ਚ ਕੀ ਸਿਮਿਲੈਰਿਟੀਜ਼ ਨੇ? ਤਾਂ ਦੇਖੋ, ਦੋਵਾਂ ਦੀ ਅਗਵਾਈ ਮਹਾਤਮਾ ਗਾਂਧੀ ਨੇ ਕੀਤੀ, ਜਿੰਨੇ ਦੋਵਾਂ ਅੰਦੋਲਨਾਂ ਨੇ ਮਹਾਤਮਾ ਗਾਂਧੀ ਨੂੰ ਮਾਸਿਜ਼, ਯਾਨੀ ਕਿ ਦੇਸ਼ ਦੇ ਉਹਨਾਂ ਲੋਕਾਂ ਤੱਕ ਪਹੁੰਚਾਇਆ ਜਿਨ੍ਹਾਂ ਵਾਸਤੇ ਗਾਂਧੀ ਜੀ ਇਹ ਕਰ ਰਹੇ ਸੀ। ਪਹਿਲੀ ਵਾਰ ਉਹਨਾਂ ਲੋਕਾਂ ਨੂੰ ਆਜ਼ਾਦੀ ਦੀ ਲੜਾਈ ਦੀ ਅਹਿਮੀਅਤ ਪਤਾ ਲੱਗੀ, ਆਮ ਲੋਕਾਂ ਨੂੰ। ਸੋ ਇਹ ਦੋਵਾਂ ਦੀ ਸਮਾਨਤਾ ਰਹੀ ਹੈ। ਕਿਉਂਕਿ ਦੂਜੀ ਗੱਲ, ਚੌਰੀ ਚੌਰਾ ਦੀਆਂ ਕੁਛ ਘਟਨਾਵਾਂ ਨੂੰ ਛੱਡ ਕੇ ਦੋਵੇਂ ਅੰਦੋਲਨ, ਜੇ ਮੈਂ ਦੋਵਾਂ ਅੰਦੋਲਨਾਂ ਦੀ ਗੱਲ ਕਰਾਂ, ਤਾਂ ਪਹਿਲਾ ਅੰਦੋਲਨ ਅਤੇ ਦੂਜਾ ਅੰਦੋਲਨ 'ਚ ਜੇ ਆਪਾਂ ਥੋੜ੍ਹਾ ਜਿਹਾ ਖੁਦਮੁਖਤਿਆਰੀ ਵਾਲਾ ਜਿਹੜਾ ਉਹ ਸੀਗਾ, ਖੁਦਮੁਖਤਿਆਰ ਦੁਆਰਾ ਜਿਹੜੀ ਥੋੜ੍ਹੀ ਜਿਹੀ ਉਹਨਾਂ ਦੀ ਪੁਲਿਸ ਨਾਲ ਝਪੜ ਹੋਈ ਆ, ਉਹਨੂੰ ਛੱਡ ਦਈਏ, ਅਤੇ ਇਹਦੇ 'ਚੋਂ ਜੇ ਆਪਾਂ ਚੌਰੀ ਚੌਰਾ ਦੀ ਘਟਨਾ ਨੂੰ ਛੱਡ ਦਈਏ, ਅਖੀਰਲਾ ਹਿੱਸਾ ਛੱਡ ਦਈਏ, ਤਾਂ ਦੋਵੇਂ ਅੰਦੋਲਨ ਅਹਿੰਸਕ ਹੋਏ ਨੇ। ਹਿੰਸਾ ਤਾਂ ਗਾਂਧੀ ਦੀ ਅੰਗਰੇਜ਼ੋ ਭਾਰਤ ਛੱਡੋ QIM ਕੁਇਟ ਇੰਡੀਆ ਮੂਵਮੈਂਟ 'ਚ ਹੀ ਦੇਖਣ ਨੂੰ ਮਿਲੀ ਆ। ਦੋਵੇਂ ਅੰਦੋਲਨ ਗਾਂਧੀ ਦੀ ਦੇ ਮਾਰਗਦਰਸ਼ਨ ਚੱਲੇ ਆ, ਦੋਵਾਂ ਦੇ ਮਾਰਗਦਰਸ਼ਕ ਗਾਂਧੀ ਰਹੇ ਆ, ਇਹ ਖਾਸੀਅਤ ਆ ਦੋਵਾਂ ਅੰਦੋਲਨਾਂ ਦੀ, ਠੀਕ ਆ ਨਾ। ਅਗਲੀ ਗੱਲ ਆ ਜਾਓ, ਦੋਵੇਂ ਬ੍ਰਿਟਿਸ਼ ਸਰਕਾਰ ਦਾ ਜਿਹੜਾ ਅੰਪੀਰੀਅਲਿਜ਼ਮ ਸੀ, ਸਮਰਾਜਵਾਦ ਸੀ, ਜਿਹਦੇ 'ਚ ਅੰਗਰੇਜ਼ਾਂ ਦੀਆਂ ਭਾਰਤ 'ਚ ਨੀਤੀਆਂ
ਤੇ ਅੰਗਰੇਜ਼ਾਂ ਦੇ ਭਾਰਤ 'ਚ ਸਮਾਨ ਦੋਵਾਂ ਦਾ ਇੱਕ ਸਮਾਨ ਵਿਰੋਧ ਕਰਿਆ ਗਿਆ ਤੇ ਸਮਰਾਜਵਾਦ ਦੀਆਂ ਜੜ੍ਹਾਂ ਨੂੰ ਹਿਲਾਉਣ ਦੀ ਕੋਸ਼ਿਸ਼ ਕੀਤੀ ਗਈ। ਇਹ ਦੋਵਾਂ ਦੀ ਸਮਾਨਤਾ ਸੀ, ਠੀਕ ਆ। ਸਾਰੇ ਵਰਗਾਂ ਨੇ ਹਿੱਸਾ ਲਿਆ, ਜਿਵੇਂ ਹਿੰਦੂ, ਮੁਸਲਿਮ, ਸਿੱਖ, ਔਰਤਾਂ ਸਭ ਨੇ, ਠੀਕ ਆ। ਹਾਂ, ਇੱਥੇ ਥੋੜ੍ਹਾ ਜਿਹਾ ਇਤਰਾਜ਼ ਹੋ ਸਕਦਾ ਕਿ ਦੂਜੇ 'ਚ ਮੁਸਲਮਾਨਾਂ ਦੀ ਓਨੀ ਸ਼ਮੂਲੀਅਤ ਨਹੀਂ ਸੀ, ਪਰ ਮੋਟੇ ਤੌਰ 'ਤੇ ਦੇਖਿਆ ਜਾਵੇ ਤਾਂ ਇਹ ਇੱਕ ਸਮਾਨ ਸੀਗਾ। ਦੋਵਾਂ ਅੰਦੋਲਨਾਂ 'ਚ ਸਰਕਾਰ ਪਬਲਿਕ ਯੂਟੀਲਿਟੀ ਦੀਆਂ ਚੀਜ਼ਾਂ, ਜਨਤਕ ਸੇਵਾਵਾਂ, ਸਕੂਲਾਂ, ਕਾਲਜਾਂ, ਅਦਾਲਤਾਂ ਦਾ ਬਾਈਕਾਟ ਹੋਇਆ। ਵਕੀਲਾਂ ਨੇ ਆਪਣੀ ਪ੍ਰੈਕਟਿਸ ਛੱਡੀ ਸੀਗੀ, ਵਕਾਲਤ ਛੱਡਤੀ, ਬੱਚਿਆਂ ਨੇ ਸਕੂਲ, ਯੂਨੀਵਰਸਿਟੀਆਂ ਛੱਡੀਆਂ। ਸੋ ਇਹ ਦੋਵਾਂ 'ਚ ਸਮਾਨਤਾ ਸੀ, ਠੀਕ ਆ। ਖਾਦੀ ਚਰਖਾ ਵਰਗੇ ਸਵਦੇਸ਼ੀ ਚਿੰਨ੍ਹ ਦੋਵਾਂ ਲਈ ਸਾਂਝੇ ਸਨ। ਗਾਂਧੀ ਨੇ ਦੋਵਾਂ 'ਚ ਆਪਣਾ ਜਿਹੜਾ ਸਵਦੇਸ਼ੀ ਹੋਣ ਦਾ ਪ੍ਰਤੀਕ ਦੇ ਤੌਰ 'ਤੇ ਗਾਂਧੀ ਨੇ ਚਰਖੇ ਨੂੰ ਇੱਕ ਸਿੰਬਲ ਦੇ ਤੌਰ 'ਤੇ, ਚਿੰਨ੍ਹ ਦੇ ਤੌਰ 'ਤੇ ਦਰਸਾਇਆ। ਇਹ ਦੋਵਾਂ ਅੰਦੋਲਨਾਂ 'ਚ ਇੱਕ ਸਮਾਨ ਗੱਲ ਦੇਖਣ ਨੂੰ ਮਿਲੀ ਆ, ਠੀਕ ਆ। ਪਰ ਹਾਂ, ਇਹਨਾਂ ਦੋਵਾਂ 'ਚ ਇੱਕ ਬਹੁਤ ਵੱਡਾ ਅੰਤਰ ਵੀ ਸੀਗੇ, ਠੀਕ ਆ। ਪੰਜਾਬ 'ਚ ਹੋਈਆਂ ਗੜਬੜੀਆਂ, ਜਿਹਨੂੰ ਆਪਾਂ ਪੰਜਾਬ ਮਿਸਟੇਕਸ ਕਹਿੰਦੇ ਹਾਂ, ਮਤਲਬ ਜਲ੍ਹਿਆਂਵਾਲੇ ਬਾਗ ਦੀ ਟ੍ਰੈਜਡੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਪੰਜਾਬ 'ਚ ਹੋਈਆਂ ਗੜਬੜੀਆਂ ਦੇ ਮੁੱਦੇ 'ਤੇ ਅਤੇ ਰੋਇਲਟ ਵਿਰੋਧ 'ਚ, ਰੋਇਲਟ ਅਧਿਨਿਯਮ ਦੇ ਵਿਰੋਧ ਮੁੱਦੇ 'ਤੇ, ਖਿਲਾਫਤ ਦੇ ਮੁੱਦੇ 'ਤੇ ਇਹਦੀ ਸ਼ੁਰੂਆਤ ਹੁੰਦੀ ਆ। ਇਸ ਤੋਂ ਉਲਟ ਸਿਵਲ ਨਾਫਰਮਾਨੀ ਅੰਦੋਲਨ ਦੀ ਸ਼ੁਰੂਆਤ ਅੰਗਰੇਜ਼ਾਂ ਵੱਲੋਂ ਭਾਰਤ ਦੀ ਪੂਰਨ ਸਵਰਾਜ ਦੀ ਜਿਹੜੀ ਮੰਗ ਸੀਗੀ, ਜਿਹੜੀ ਕਿ 31 ਦਸੰਬਰ 1929 ਦੀ ਰਾਤ ਨੂੰ ਰੱਖੀ ਗਈ ਸੀਗੀ, ਉਹਨੂੰ ਖਾਰਜ ਕਰਨ ਦੇ ਮੁੱਦੇ 'ਤੇ ਸ਼ੁਰੂਆਤ ਹੋਈ ਹੈ। ਸੋ ਪਹਿਲਾ ਅੰਤਰ ਦੋਵਾਂ ਦੀ ਸ਼ੁਰੂਆਤ ਦੇ ਕਾਰਨ ਅੱਡ ਅੱਡ ਨੇ। ਇਹਦੇ 'ਚ ਖਿਲਾਫਤ ਦੇ ਸਵਾਲ ਕਰਕੇ ਮੁਸਲਮਾਨਾਂ ਦੀ ਸ਼ਮੂਲੀਅਤ ਕਿਤੇ ਵੱਧ ਸੀ, ਇਹਦੇ 'ਚ ਮੁਸਲਮਾਨਾਂ ਦਾ ਕੋਈ ਵੱਖਰਾ ਮੁੱਦਾ ਨਹੀਂ ਸੀ। ਇਸ ਕਰਕੇ ਇਸ ਅੰਦੋਲਨ 'ਚ ਪਾੜੋ ਅਤੇ ਅੰਗਰੇਜ਼ਾਂ ਦੀ ਰਾਜ ਕਰੋ ਦੀ ਨੀਤੀ ਦੇ ਕੰਮ ਹੋਣ ਕਰਕੇ ਮੁਸਲਮਾਨ ਉਸ ਤਰੀਕੇ ਨਾਲ ਸ਼ਮੂਲੀਅਤ ਨਹੀਂ ਕਰ ਸਕੇ। ਇਹ ਦੂਜਾ ਫਰਕ ਆ। ਦੇਖੋ, ਪੇਪਰ 'ਚ ਲਿਖਣ ਵਾਲੇ ਬੱਚੇ ਦੇ ਦਿਮਾਗ 'ਚ ਕਿਵੇਂ ਚੱਲਣਾ ਚਾਹੀਦਾ ਕਿ ਮੈਂ ਉੱਪਰ ਸਿਮੀਲੈਰਿਟੀਜ਼, ਸਮਾਨਤਾਵਾਂ ਲਿਖਦਾ ਆ ਰਿਹਾ ਅਤੇ ਥੱਲੇ ਮੈਂ ਦੋਵਾਂ ਦੇ ਵਿਚਲੇ ਅੰਤਰ ਦੱਸਦਾ ਆ ਰਿਹਾ। ਸੋ ਇਹ ਕਿੱਡਾ ਇੰਪੋਰਟੈਂਟ ਆ। ਦੋਵਾਂ ਦਾ ਜਿਹੜਾ ਮੁੱਖ ਉਦੇਸ਼ ਸੀਗਾ, ਉਹਦੇ 'ਚ ਵੀ ਇੱਕ ਬਹੁਤ ਵੱਡਾ ਫਰਕ ਸੀਗਾ। ਇਸ ਦਾ ਮੁੱਖ ਉਦੇਸ਼ ਸੀਗਾ ਸਵਰਾਜ, ਕਿ ਆਪਣਾ ਸ਼ਾਸਨ, ਜਿਹਦੇ 'ਚ ਕਿ ਭਾਰਤ ਜਿਹੜਾ ਸੀਗਾ, ਮਤਲਬ ਕਿ ਅਧਿਰਾਜ ਜਿਹੜਾ ਸੀਗਾ, ਅਧਿਕਾਰ ਜਿਹਨੂੰ ਆਪਾਂ ਡੋਮੀਨੀਅਨ ਸਟੇਟਸ ਦੇ ਤਕਰੀਬਨ ਬਰਾਬਰ ਮੰਨਦੇ ਹਾਂ, ਉਹਦੇ ਲਈ ਵੀ ਭਾਰਤ ਤਿਆਰ ਸੀਗਾ। ਪਰ ਜਦੋਂ ਸਿਵਲ ਡਿਸਓਬੀਡੈਂਸ ਮੂਵਮੈਂਟ, ਨਾਫਰਮਾਨੀ ਅੰਦੋਲਨ ਆਇਆ ਅਤੇ ਭਾਰਤ ਦੀਆਂ ਸਾਰੀਆਂ ਮੰਗਾਂ ਖਾਰਜ ਹੋ ਗਈਆਂ, ਨਹਿਰੂ ਰਿਪੋਰਟ ਕਿਸੇ ਪਾਸੇ ਨਹੀਂ ਲੱਗਦੀ ਦਿਸੀ, ਤਾਂ ਫਿਰ ਅਸੀਂ ਪੂਰਨ ਸਵਰਾਜ ਦੀ ਮੰਗ ਰੱਖਤੀ। ਸੋ ਦੋਵਾਂ ਦੇ ਆਦੇਸ਼ ਜਿਹੜੇ ਸੀਗੇ ਉਹ ਵੀ ਇੱਕ ਬੜੇ ਫਰਕ ਪਾਉਂਦੇ ਆ ਦੋਵਾਂ 'ਚ। ਇਸ ਤੋਂ ਬਾਅਦ ਦੋਵਾਂ ਦੇ ਅੰਤ ਦਾ ਕਾਰਨ ਕਹਿੰਦਾ, ਚੌਰੀ ਚੌਰਾ ਦੀ ਘਟਨਾ ਨੇ, ਦੀ ਹਿੰਸਾ ਨੇ ਇਹਨੂੰ ਖਤਮ ਕੀਤਾ, ਅਤੇ ਦੂਜੇ ਨੂੰ ਗਾਂਧੀ ਇਰਵਿਨ ਪੈਕਟ ਨੇ ਇਸ ਅੰਦੋਲਨ ਨੂੰ ਕਮਜ਼ੋਰ ਕਰਤਾ, ਅਤੇ ਹੌਲੀ ਹੌਲੀ 1934 ਤੱਕ ਜਾਂਦੇ ਜਾਂਦੇ ਗਾਂਧੀ ਨੇ ਆਪ ਹੀ ਇਹ ਅੰਦੋਲਨ ਵਾਪਸ ਲੈ ਲਿਆ। ਸੋ ਦੋਵਾਂ ਦੇ ਅੰਤ ਵਿਚਲਾ ਫਰਕ। ਸੋ ਕਿੱਡੀ ਇੰਪੋਰਟੈਂਟ ਗੱਲ ਆ, ਕਿਵੇਂ ਮੈਂ ਉੱਪਰੋਂ ਥੱਲੇ ਤੱਕ ਆਇਆ, ਪਹਿਲਾਂ ਸਿਮਿਲੈਰਿਟੀਜ਼, ਫਿਰ ਡਿਫਰੈਂਸ, ਅਗਲਾ ਟਿੱਕ ਲਾਉਂਦਾ ਜਾਊਗਾ ਤੁਹਾਡੇ ਆਂਸਰ 'ਤੇ ਕਿ ਹਾਂ ਯਾਰ, ਬੰਦੇ 'ਚ ਗੱਲਬਾਤ ਆ, ਉਹਨੂੰ ਪਤਾ ਹੈ ਕਿ ਮੇਨਸ ਦੀ ਆਂਸਰ ਰਾਈਟਿੰਗ ਕਿਵੇਂ ਲਿਖੀ ਦੀ ਆ। ਸੇਮ ਜੋ ਕੁਛ ਮੈਂ ਇੱਥੇ ਦਿਖਾਇਆ ਨਾ, ਇਹੀ ਚੀਜ਼ ਤੁਹਾਨੂੰ ਕਰਨਵੀਰ ਨੇ ਇੰਗਲਿਸ਼ ਮੀਡੀਅਮ 'ਚ ਸਮਝਾਈ ਆ ਸਾਰੀ। ਆਹ ਦੇਖੋ, ਸਾਰੇ ਦਾ ਸਾਰਾ ਸੇਮ ਕੋਨਸੈਪਟ ਉਹੀ ਆ, ਠੀਕ ਆ। ਅਸੀਂ ਕੀ ਕਰਦੇ ਹਾਂ, ਇੰਗਲਿਸ਼ ਅਤੇ ਪੰਜਾਬੀ ਮੀਡੀਅਮ 'ਚ ਸੇਮ ਕੁਸ਼ਚਨ ਤਿਆਰ ਕਰਦੇ ਹਾਂ ਤਾਂ ਜੋ ਇੱਕ ਸਟੂਡੈਂਟ ਜਿਹੜਾ ਹੈ ਨਾ, ਉਹਨੂੰ ਕਿਤੇ ਦਿੱਕਤ ਨਾ ਆਵੇ। ਅਸੀਂ ਸਭ ਤੋਂ ਪਹਿਲਾਂ ਪ੍ਰੀਵੀਅਸ ਈਅਰ ਕੁਸ਼ਚਨਸ ਜਿਹੜੇ ਆ ਉਹਨਾਂ 'ਤੇ ਕੰਮ ਕਰ ਰਹੇ ਹਾਂ। ਉਹਦੀ ਵਜ੍ਹਾ ਵੀ ਇਹੀ ਹੈ ਕਿ ਸਭ ਤੋਂ ਪਹਿਲਾਂ ਤੁਹਾਨੂੰ ਆਂਸਰ ਰਾਈਟਿੰਗ ਸਿਖਾਈ ਜਾਵੇ। ਇਹ ਬਹੁਤ ਮੈਟਰ ਕਰਦਾ ਹੈ। ਜਿਹੜੇ ਬੱਚੇ ਇਹਨੂੰ ਲਿਖ ਕੇ ਭੇਜ ਰਹੇ ਆ, ਵਧੀਆ ਗੱਲ ਆ, ਅਤੇ ਮੈਂ ਤੁਹਾਡੀ ਜਾਣਕਾਰੀ ਲਈ ਦੱਸਦਾ, ਤੁਹਾਨੂੰ ਸਭ ਕੁਝ ਸਾਡੀ ਇਸ ਲੋਗੋ ਵਾਲੀ ਐਪ 'ਤੇ ਮਿਲੂਗਾ, ਮਾਸਟਰ ਕਲਾਸਿਸ ਪਟਿਆਲਾ, ਜਿਹੜੀ ਕਿ ਐਂਡਰੋਇਡ 'ਤੇ ਤਾਂ ਮਾਸਟਰ ਕਲਾਸਿਸ ਪਟਿਆਲਾ ਦੇ ਨਾਮ 'ਤੇ ਆ, ਅਤੇ ਆਈਫੋਨ 'ਤੇ ਮਾਈ ਇੰਸਟੀਟਿਊਟ ਅਤੇ ORG ਕੋਡ ਆ, ਠੀਕ ਆ। ਆਹ ਸਾਡੇ ਨੰਬਰ ਨੇ ਜਿਨ੍ਹਾਂ 'ਤੇ ਕਾਲ ਕਰ ਸਕਦੇ ਹੋ ਤੁਸੀਂ, ਕਰਨਵੀਰ ਜੀ ਨਾਲ ਗੱਲ ਕਰ ਸਕਦੇ ਹੋ, ਅਤੇ ਆ ਮੇਰਾ ਨੰਬਰ ਆ, ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਅਤੇ ਤੁਸੀਂ ਵਟਸਐਪ ਕਰ ਦਿਉ, PCS ਮੇਨਸ ਲਿਖ ਕੇ, ਆਈ ਵਾਂਟ ਟੂ ਟੋਕ ਟੂ ਯੂ, ਕੁਛ ਵੀ ਲਿਖ ਕੇ ਕਿ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ। ਜਦੋਂ ਮੈਂ ਕਲਾਸ 'ਚੋਂ ਫ੍ਰੀ ਹੋਊਂਗਾ ਜਾਂ ਕਰਨਵੀਰ ਜੀ ਕਲਾਸ 'ਚੋਂ ਫ੍ਰੀ ਹੋਣਗੇ ਤਾਂ ਤੁਹਾਨੂੰ ਬੈਕ ਕਾਲ ਕਰ ਲੈਣਗੇ। ਇਸ ਤੋਂ ਬਿਨਾਂ ਵੀ ਤੁਸੀਂ 77 078 000 72 ਇਸ ਨੰਬਰ 'ਤੇ ਸਾਡੀ ਟੀਮ ਨਾਲ ਵੀ ਗੱਲ ਕਰ ਸਕਦੇ ਹੋ, ਠੀਕ ਆ। ਸੋ ਤੁਸੀਂ ਪ੍ਰਦੀਪ ਜੀ ਵਾਲੇ ਨੰਬਰ 'ਤੇ 99 146 85 650 ਇਹਦੇ 'ਤੇ ਵੀ ਗੱਲ ਕਰ ਸਕਦੇ ਹੋ, ਜੇ ਤੁਸੀਂ ਕਿਸੇ ਕੋਰਸ 'ਚ ਇੰਟਰਸਟਿਡ ਹੋ, ਠੀਕ ਆ।
ਤੁਸੀਂ ਇਹ ਸ਼ੋਰ ਹੋ ਜਾਓ ਕਿ ਤੁਹਾਨੂੰ ਸਾਡੇ ਕੋਲ ਕਿਹੜੇ ਕਿਹੜੇ ਕੋਰਸ ਮਿਲਣਗੇ। ਜਿਹੜਾ ਸਭ ਤੋਂ ਮੇਨ ਕੋਰਸ ਸਾਡਾ ਹੈਗਾ ਹੈ ਉਹ ਹੈਗਾ ਜੀ PCS ਪ੍ਰੀ ਕੋਰਸ। ਇਹ ਇੱਕ ਅਜਿਹਾ ਕੋਰਸ ਆ ਜਿਹਦੇ 'ਚ ਅਸੀਂ ਡੇਲੀ ਕਰੰਟ ਅਫੇਅਰਸ, ਠੀਕ ਆ, ਜਿਹਦੇ 'ਚ ਟੈਸਟ ਸੀਰੀਜ਼ ਸਭ ਕੁਛ ਇਨਕਲੂਡਿਡ ਆ। ਅਤੇ ਇਹਦੇ 'ਚ ਸਭ ਤੋਂ ਵੱਡਾ ਫਾਇਦਾ ਇਹ ਆ ਇਸ ਕੋਰਸ 'ਚ ਕਿ ਇਹਦੇ 'ਚ ਸਟੱਡੀ ਮਟੀਰੀਅਲ ਤੁਹਾਡੇ ਘਰ ਪਹੁੰਚਾ ਦਾਂਗੇ, ਠੀਕ ਆ। ਅਤੇ ਇਹਦੇ ਨਾਲ ਕੀ ਹੋਊਗਾ, ਇਸ ਕੋਰਸ ਅਤੇ ਪ੍ਰੀ ਕੰਮ ਮੇਨਸ 'ਚ ਅੱਧੇ ਦਾ ਫਰਕ ਪੈ ਜਾਂਦਾ ਹੈ। ਉਹਦੀ ਵਜ੍ਹਾ ਇਹੀ ਆ, ਫਰਕ ਪੈਣ ਦਾ ਮੇਨ ਕਾਰਨ ਕਿਉਂਕਿ ਮੇਨਸ ਵਾਲੇ 'ਚ ਸਾਰਾ ਕੁਛ ਐਥਿਕਸ ਤੱਕ ਸਭ ਕੁਛ ਸਬਜੈਕਟ ਜਿਹੜੇ ਮੇਨਸ ਦੇ ਵਿੱਚ ਰਹਿ ਜਾਣਗੇ ਉਹ ਸਾਰੇ ਕਵਰ ਹੋਣਗੇ, ਇੰਟਰਨਲ ਸਕਿਉਰਿਟੀ ਸਭ ਕੁਛ ਕਵਰ ਹੋਊਗਾ, ਪਲੱਸ ਉਹਦੇ 'ਚ ਆਂਸਰ ਰਾਈਟਿੰਗ ਆ। ਆਂਸਰ ਰਾਈਟਿੰਗ ਪ੍ਰੋਗਰਾਮ ਡਿਫਰੈਂਟ ਹੋ ਗਿਆ ਇਹਦੇ 'ਚ। PCS ਪ੍ਰੀ ਦੇ ਵਿੱਚ ਤੁਸੀਂ ਇਹ ਸਮਝ ਲਓ ਕਿ ਜਿਹੜਾ ਬੰਦਾ ਚਾਹੁੰਦਾ ਨਾ ਕਿ ਸਰ ਮੇਰੇ ਹੱਥ 'ਚ ਇਕੱਲਾ ਸਟੱਡੀ ਮਟੀਰੀਅਲ ਹੋ ਜੇ ਅਤੇ ਮੈਨੂੰ ਨਾ ਮਗਰ ਉਹ ਕਹਾਣੀ ਸਮਝ ਆ ਜੇ, ਬਾਕੀ ਮੈਂ ਆਪੇ ਕਰ ਲੂੰਗਾ, ਉਹ ਇਸ ਕੋਰਸ 'ਚ ਵੀ ਜਾ ਸਕਦੇ ਆ। PCS ਪ੍ਰੀ ਕੋਰਸ, ਨੈਬ ਦੀ ਤਿਆਰੀ ਕਰਨੀ ਆ, ਤੁਸੀਂ ਚਾਹੁੰਦੇ ਹੋ ਕਿ ਸਰ ਤੁਸੀਂ ਸਕਰੀਨ 'ਤੇ ਪੜ੍ਹਾ ਰਹੇ ਹੋ ਅਤੇ ਸਾਡੇ ਹੱਥ 'ਚ ਕਿਤਾਬਾਂ ਹੋਣ, ਪਲੱਸ ਅਸੀਂ ਹਰ ਸਬਜੈਕਟ ਦਾ ਟੋਪ ਦਾ ਟੈਸਟ ਦੇਣਾ, ਟੋਪ ਲੈਵਲ ਦਾ ਟੈਸਟ, ਠੀਕ ਆ। ਸਾਡੇ ਯੂਟਿਊਬ ਦੇ ਚੈਨਲ 'ਤੇ ਹੀ ਨਾ ਤੁਹਾਨੂੰ ਥੱਲੇ ਜਾ ਕੇ ਨਾ ਇੱਕ ਟੈਸਟ ਮਿਲ ਜੂਗਾ, ਮਾਡਰਨ ਹਿਸਟਰੀ ਦੇ ਟੈਸਟ ਡਿਸਕਸ਼ਨ, ਉੱਥੋਂ ਤੁਸੀਂ ਮਾਡਰਨ ਹਿਸਟਰੀ ਦੇ ਟੈਸਟ ਦਾ ਲੈਵਲ ਚੈੱਕ ਕਰੋ ਜਾ ਕੇ। ਤੁਸੀਂ ਇਸ ਕੋਰਸ 'ਚ ਵੀ ਇੰਟਰਸਟ ਸ਼ੋਅ ਕਰ ਸਕਦੇ ਹੋ। ਇਹਦੇ ਨਾਲ ਕੀ ਹੋਊਗਾ ਕਿ ਤੁਹਾਡੀ ਬੜਾ ਸਮਾਂ ਪਹਿਲਾਂ ਹੀ PPSC ਦੇ ਵਧੀਆ ਪੇਪਰ ਆਉਣ ਤੋਂ ਪਹਿਲਾਂ ਹੀ ਤੁਹਾਡੀ ਉਹਨਾਂ ਦੀ ਤਿਆਰੀ ਹੋ ਜੂਗੀ, ਠੀਕ ਆ। ਅਤੇ ਸਵਾ ਸਾਲ ਦੀ ਇਹਦੇ 'ਚ ਵੈਲਿਡਿਟੀ ਹੈ, ਸਵਾ ਸਾਲ ਤੋਂ ਪਲੱਸ ਦੀ ਹੈ, ਸ਼ਾਇਦ ਡੇਢ ਸਾਲ ਦੀ ਹੋਵੇ ਜਾਂ ਸਵਾ ਸਾਲ ਦੀ ਹੈ, ਚੈੱਕ ਕਰ ਸਕਦੇ ਹੋ ਕੋਰਸ 'ਤੇ ਜਾ ਕੇ, ਤਾਂ ਚੰਗਾ ਕੋਰਸ ਆ। ਆਂਸਰ ਰਾਈਟਿੰਗ ਪ੍ਰੋਗਰਾਮ ਵੀ ਸਾਡਾ ਸਪੈਸ਼ਲ ਆ, ਸਾਡਾ ਪ੍ਰੀ ਕੰਮ ਮੇਨਸ ਦਾ ਸਪੈਸ਼ਲ ਕੋਰਸ ਆ, ਅਤੇ ਆਹ ਕੋਰਸਿਸ ਨੇ ਸਾਡੇ। ਆ ਜਾਓ ਅਗਲੇ ਸਵਾਲ 'ਤੇ। ਕਹਿੰਦਾ ਕਿ ਸਮਾਜ ਸੁਧਾਰਕ ਲਹਿਰਾਂ ਨੇ ਔਰਤਾਂ ਦੇ ਸੁਧਾਰ 'ਚ 19ਵੀਂ ਸਦੀ ਦੇ ਵਿੱਚ ਔਰਤਾਂ ਦੇ ਸੁਧਾਰ 'ਚ ਕੀ ਯੋਗਦਾਨ ਪਾਇਆ। ਇੰਗਲਿਸ਼ ਮੀਡੀਅਮ 'ਚ ਸਭ ਕੁਛ ਕਰਨਵੀਰ ਨੇ ਤਿਆਰ ਕਰਿਆ, ਮੇਰਾ ਕੰਮ ਆ ਇਹਨੂੰ ਪੰਜਾਬੀ ਮੀਡੀਅਮ 'ਚ ਪੜ੍ਹਾਉਣਾ ਕਿ 19ਵੀਂ ਸਦੀ ਵਿੱਚ ਸਮਾਜਿਕ ਧਾਰਮਿਕ ਅੰਦੋਲਨਾਂ ਨੇ ਔਰਤਾਂ ਦੀ ਮੁਕਤੀ ਲਈ ਕਿਸ ਹੱਦ ਤੱਕ ਰਾਹ ਪੱਧਰਾ ਕੀਤਾ। ਆ ਜਾਓ ਹੁਣ। ਕਹਿੰਦਾ ਜੀ ਸਭ ਤੋਂ ਪਹਿਲੀ ਗੱਲ ਤਾਂ ਤੁਸੀਂ ਇਹ ਦੱਸਣਾ ਚਾਹੋਗੇ ਨਾ ਆਂਸਰ ਦੀ ਸ਼ੁਰੂਆਤ 'ਚ ਕਿ 19ਵੀਂ ਸਦੀ 'ਚ ਸਮੱਸਿਆਵਾਂ ਕੀ ਸੀ। ਤੁਹਾਨੂੰ ਪਤਾ ਹੈ ਕਿ ਉਸ ਟਾਈਮ ਇੰਡੀਅਨ ਰੈਨੀਸੈਂਸ ਦਾ ਦੌਰ ਨੂੰ ਦੇਖਿਆ ਜਿਹਦੇ 'ਚ ਰਾਜਾ ਰਾਮ ਮੋਹਨ ਰਾਏ ਵਰਗੇ ਲੋਕਾਂ ਨੇ, ਠੀਕ ਆ, ਪੁਨਰ ਵਿਆਹ ਵਰਜਿਤ ਸੀਗਾ, ਬਹੁ ਵਿਆਹ ਦੀ ਸਮੱਸਿਆ ਸੀ, ਬਾਲ ਵਿਆਹ ਸੀ, ਇਹੋ ਜਿਹੀਆਂ ਕਈ ਸਮੱਸਿਆਵਾਂ ਨੇ ਭਾਰਤ ਨੂੰ ਜਗੜਿਆ ਸੀ। ਪਹਿਲਾਂ ਇੱਕ ਪਹਿਰੇ 'ਚ ਉਹ ਦੱਸਿਆ ਗਿਆ, ਠੀਕ ਆ। ਫਿਰ ਆ ਗਿਆ ਕਿ ਕਿੰਨੇ ਕਿੰਨੇ ਕੀ ਭੂਮਿਕਾ ਨਿਭਾਈ ਆ। ਸੋ ਦੇਖੋ, ਰਾਜਾ ਰਾਮ ਮੋਹਨ ਰਾਏ ਨੇ ਜਿਹੜੇ ਕਿ ਉਸ ਟਾਈਮ ਤੱਕ ਬੜੇ ਤਗੜੇ ਸਮਾਜ ਸੁਧਾਰਕ ਸਨ, ਫੈਮਿਨਿਸਟ ਸਨ, ਉਹਨਾਂ ਨੇ ਕਾਫੀ ਸੰਘਰਸ਼ ਕੀਤਾ ਅਤੇ ਸਤੀ ਨੂੰ ਬੈਨ ਕਰਵਾਇਆ। ਸੋ ਇਹ ਉਹਨਾਂ ਦੀ ਸਭ ਤੋਂ ਵੱਡੀ। ਈਸ਼ਵਰ ਚੰਦਰ ਵਿੱਦਿਆ ਸਾਗਰ ਨੇ ਡਲਹੌਜ਼ੀ ਤੋਂ ਜਿਹੜਾ ਵਿਧਵਾ ਪੁਨਰ ਵਿਆਹ ਜਿਹੜਾ ਵਿਵਾਹ ਸੀਗਾ ਉਹਦਾ ਕਾਨੂੰਨ ਪਾਸ ਕਰਵਾਇਆ। MG ਰਾਨਾਡੇ ਜਿਹੜੇ ਸੀਗੇ ਉਹਨਾਂ ਨੇ ਪੁਨਰ ਵਿਵਾਹ ਐਸੋਸੀਏਸ਼ਨ ਬਣਾਈ ਅਤੇ ਡੈਕਨ ਐਜੂਕੇਸ਼ਨ ਸੁਸਾਇਟੀ ਜਿਹਦੇ 'ਚ ਔਰਤਾਂ ਲਈ ਬਹੁਤ ਕੰਮ ਕੀਤਾ। ਜੋਤੀਬਾ ਫੂਲੀ ਨੇ ਸਮਾਜ ਦੇ ਨੀਵੇਂ ਤਬਕੇ ਤੋਂ ਆਉਣ ਵਾਲੇ ਲੋਕਾਂ ਲਈ ਅਤੇ ਸਪੈਸ਼ਲੀ ਉਹਨਾਂ ਦੀ ਵਾਈਫ ਸਵਿਤਰੀ ਬਾਈ ਫੂਲੇ ਨੇ ਨੀਵੇਂ ਤਬਕੇ 'ਚੋਂ ਆਉਣ ਵਾਲੀਆਂ ਔਰਤਾਂ ਦੀ ਵਿੱਦਿਆ ਅਤੇ ਉਹਨਾਂ ਦੇ ਵਿਧਵਾਵਾਂ ਦੇ ਰਹਿਣ ਦੇ ਆਸ਼ਰਮਾਂ ਦਾ ਪ੍ਰਬੰਧ ਕੀਤਾ। ਦਯਾਨੰਦ ਸਰਸਵਤੀ ਨੇ ਆਰਿਆ ਸਮਾਜ 'ਚ ਔਰਤਾਂ ਨੂੰ ਸਾਇੰਟੀਫਿਕ ਪੜ੍ਹਾਈ ਜਿਹੜੀ ਆ, ਤਰਕਵਾਦੀ ਪੜ੍ਹਾਈ ਆ, ਵਿਗਿਆਨਕ ਸੋਚ ਆ ਜਿਹੜੀ, ਉਹਦੇ ਵਾਸਤੇ DAV ਸਕੂਲ ਖੋਲ੍ਹੇ, ਠੀਕ ਆ। ਹੈਨਰੀ ਡਿਰੋਜ਼ਵ ਜਿਹੜੇ ਸੀਗੇ ਜਿਹੜੇ ਕਿ ਉਸ ਸਮੇਂ ਜਿਹੜੀ ਬੰਗਾਲ ਦੇ ਵਿੱਚ ਨਾ ਯੰਗ ਬੰਗਾਲ ਮੂਵਮੈਂਟ ਚਲਾਉਂਦੇ ਆ, ਠੀਕ ਆ, ਕਾਫੀ ਹੱਦ ਤੱਕ ਇਹ ਵਿਦੇਸ਼ੀ ਪੜ੍ਹਾਈਆਂ ਤੋਂ ਅਤੇ ਵਿਦੇਸ਼ੀ ਕ੍ਰਾਂਤੀਆਂ ਤੋਂ ਪ੍ਰਭਾਵਿਤ ਸਨ, ਤਾਂ ਉਹਨਾਂ ਨੇ ਵੀ ਔਰਤਾਂ ਦੀ ਸਿੱਖਿਆ ਵਾਸਤੇ ਕਾਫੀ ਸੰਘਰਸ਼ ਕੀਤਾ ਬੰਗਾਲ ਦੇ ਖੇਤਰ 'ਚ। ਸੋ ਇਕੱਲੇ ਇਕੱਲੇ ਬੰਦੇ ਨੇ ਕੀ ਕੀਤਾ, ਇਸੇ ਤਰੀਕੇ ਡਾਕਟਰ ਆਤਮਾਰਾਮ ਪਾਂਡੂਰੰਗ ਜਿਹੜੇ ਸੀ ਉਹਨਾਂ ਨੇ ਪੂਨੇ ਦੇ ਇਲਾਕੇ 'ਚ ਪ੍ਰਾਰਥਨਾ ਸਭਾ ਦੀ ਨਿਰਮਾਣ ਕਰਾਇਆ ਅਤੇ ਚਾਰ ਮੁੱਖ ਕੰਮ ਕੀਤੇ। ਵਿਆਹ ਲਈ ਔਰਤਾਂ ਦੀ ਵਧਾਉਣੀ, ਅੰਤਰਜਾਤੀ ਵਿਆਹ, ਠੀਕ ਆ, ਲੜਕੇ ਲੜਕੀਆਂ ਲਈ ਵਿਆਹ ਦੀ ਉਮਰ ਨੂੰ ਵਧਾਉਣਾ ਅਤੇ ਅੰਤਰਜਾਤੀ ਵਿਆਹ, ਇਹਨਾਂ 'ਤੇ ਉਹਨਾਂ ਨੇ ਮੁੱਖ ਕੰਮ ਕੀਤਾ। ਇਸ ਤੋਂ ਬਿਨਾਂ ਜੇ ਮੈਂ ਕਹਾਂ ਤਾਂ ਭਾਰਤ 'ਚ ਆਏ ਈਸਾਈ ਮਿਸ਼ਨਰੀਜ਼, ਈਸਾਈ ਪ੍ਰਚਾਰਕ ਜਿਨ੍ਹਾਂ ਨੂੰ ਆਪਾਂ ਪੰਜਾਬੀ 'ਚ ਕਹਿ ਦਿੰਦੇ, ਤੁਸੀਂ ਮਿਸ਼ਨਰੀਜ਼ ਦੀ ਜਗ੍ਹਾ 'ਤੇ ਪ੍ਰਚਾਰਕ ਵੀ ਵਰਤ ਸਕਦੇ ਹੋ, ਉਹਨਾਂ ਨੇ ਵੀ ਔਰਤਾਂ ਵਾਸਤੇ ਚੰਗੇ ਅਦਾਰੇ ਖਲਵਾਏ ਅਤੇ ਔਰਤਾਂ ਦੀ ਵਿੱਦਿਆ ਲਈ ਚੰਗਾ ਕੁਛ ਕੀਤਾ। ਤਾਂ ਪਹਿਲਾਂ ਮੈਂ ਦੱਸਿਆ ਕਿ ਸਮੱਸਿਆਵਾਂ ਕੀ ਸੀ, ਫਿਰ 7-8 ਪੁਆਇੰਟ ਬਣਾ ਕੇ ਇਹ ਦੱਸਿਆ ਕਿ ਕਿੰਨਾ ਕਿੰਨਾ ਨੇ ਕੀ ਕੀਤਾ, ਐਂਡ 'ਚ ਫਿਰ ਉਹਨੂੰ ਮੈਂ ਕਨਕਲੂਡ ਕਰਦਾ ਕਿਵੇਂ ਕਿ 19ਵੀਂ ਸਦੀ 'ਚ ਔਰਤਾਂ ਦੀ ਭੂਮਿਕਾ ਨੂੰ ਅਣਗੌਲਿਆ ਕੀਤਾ ਗਿਆ ਸੀ 19ਵੀਂ ਸਦੀ ਤੱਕ, ਫਿਰ ਸਮਾਜ ਸੁਧਾਰਕਾਂ ਅਤੇ ਉਹਨਾਂ ਦੇ ਅੰਦੋਲਨਾਂ ਨੇ ਸਮਾਜ 'ਚ ਉਹਨਾਂ ਦੀ ਸਥਿਤੀ ਨੂੰ ਸੁਧਾਰਨ ਅਤੇ ਉਹਨਾਂ ਨੂੰ ਜਿਉਣ ਲਾਇਕ ਅਤੇ ਜਿਸ ਸਥਿਤੀ 'ਚ ਅੱਜ ਔਰਤਾਂ ਹੈਗੀਆਂ ਨੇ ਇਸ ਸਥਿਤੀ ਤੱਕ ਪਹੁੰਚਾਉਣ ਦੇ ਵਿੱਚ
समाज सुधारकों की समाज सुधारक लहर की जो अहमियत आ उन्होंने खारज नहीं किया जा सकता। सो कि सोहने तरीके असी इस क्वेश्चन डिस्प्लेन कर सकते हैं, ठीक है। सो इस तरीके की मेन्स की आंसर राइटिंग जी जो तुम मेरे को चैक करने लिए भेज दौ तो मेरे रिप्लाई जोड़े ऑडियो मैसेज होंगे है तो मैं थोड़िया गलतियां कड़ा जीडिया इंग्लिश मीडियम से भी आंसर आए जबी मीडियम आए तो वह मेरे वालों दबायदा बकायदा गलतियां क्ड के चाहे थोड़ी ग्रैमेटिकल मिसटेक चाहे जेडे पंजाबी मीडियम च जाते जाते इंग्लिश मीडियम च हो जाते हैं जे सवाल की बनतर ही मैं पसंद नहीं आती उन्होंने मैं कह दिना कि रीराइट इट दोबारा लिखो तो बच्चे भी ये नहीं कि बई सर ने गलत करता वह भी दोबारा लिख लिख के भेज रहे हैं। चंगी गल आ कॉन्टीन्यूटी तो एक गल होर जे एक्सपीरियंस साढ़े कोर्स इनरोल्ड आते हजे नहीं कर रहे आंसर राइटिंग किसी कारण करके जो हजे हिम्मत नहीं कर पा रहे करो हिम्मत जरूरी आ वो हिम्मत करनी पेगी तू बिकॉज मैं थोड़े नाल उन्ना समा जुड़िया होया है जदों तक देखो PCS लेट हो रहा चंगी गल आ उधरों मैनू मौका मिल गया बाकी पास्यों स्टैटिक सबजैक्ट जिवें साइंस वर्गे विषय जोग्राफी वर्गे विषय कराउण दा तां मैं थोड़ा खेड़ा नहीं छड्डदा तुसी आंसर राइटिंग आले पासे चली चलो भावें महीना ठहर के चल पियो मैनू भी कोई प्रॉब्लम नहीं ते किसी नाल मेरा कोई मतभेद नहीं तुसी आंसर लिखने जिद्दन शुरू करोगे मैं उदन ही तुहाडे आंसर चैक करने शुरू कर देने हैं। बस तो दूजे पासे ये भी आ मैं सारे एक्सपीरियंस नूं दसदा कि हाँ तुहाडियां जिहड़ियां साइंस जोग्राफी दियां सब किताबां ने वो बैकएंड ते तैयार हो रही ने, ठीक आ। उन्हां नूं बहुत ज़्यादा स्क्रूटनी नाल बनाया जाता है ताकि ना कितें शब्द जिहड़े साइंस दे शब्द आ ते जोग्राफी दे शब्दां च धोखा ना खा जाइए कितें कितें ग्रैमेटिकल एररस रह जांदियां उन्हां नूं असीं इग्नोर कर दिंदे आ कई वारी कि जदों तुसीं चैक करके दोबारा तुसीं सानूं दसोगे असीं उन्हां नूं अमेंड कर लांगे। सो बड़े वड्डे पद्धर ते एक बायलिंगुअल नूं असीं इक लहर दे तौर ते लैके आउणा चाहुंदे आ, ठीक आ। कोई बहुत वड्डियां फड़ां तां नहीं मार सकदे कि असीं ऐं कर दांगे असीं उह कर दांगे पहली वार पंजाबी च असीं करवा रहे हां सानू पता कि किसी भी चीज़ का पंजाबी अनुवाद कितना औखा है तो जदों कोई भी प्लेटफॉर्म से अपने तो पंजाबी अनुवाद करता है तो असी किसी दी गलतियां नहीं कढ़दे एप्रीशिएट करते हैं कि कोई चंगा होर भी जे कोई पंजाबी माध्यम च इनीशिएटिव लै रहा है तो चंगी गल लैना चाहिए है। बाकी इनरोल्ड एक्सपीरियंस नूं बेनती है कि वध तो वध आंसर लेके भेजो, ठीक है। बैकएंड ते असी काफ़ी कोशिश कर रहे हैं सारियां चीज़ां नूं ठीक करन दी, इह नहीं गा कि किसी तो यह कहता मैं कि फीस भराली तो काम खत्म आ मैं अपनियां जिम्मेवारियां नूं लगातार समझदा जा रहा ते होर वधाउंदा जा रहा तुहानूं किते भी होर कुछ करन दी लोड़ नहीं सिर्फ मेरे ते विश्वास रखो तुसी अपने आंसर लिख लिख के भेजो मेरी जिम्मेवारी है चैक करन दी। आजो कहिंदे लाला लाजपत राय दे राजनीतिक ते समाजिक अपलिफ्टमेंट च उहनां दे योगदान नूं क्रिटिकली एनालाइज करो, ठीक है। इंग्लिश तो नो डाउट तुहानूं इस सवाल का रिप्लाई ओही देणगे करणवीर जी पर लाला लाजपत राय की देश के राजनीतिक ते समाजिक उन्नति च भूमिका का आलोचनात्मक विश्लेषण करना है। क्रिटिकल एग्जामिन करो क्रिटिकल एनालिसिस करो सेम जी गल, ठीक है। सो पंजाब केसरी के नाम वजों जाणिया जांदा सी अज दे मोगे उदों दे फिरोजपुर के पिंड ढुड्डीके तो स्वतंत्रता संग्रामी आगू सी, ठीक है। गर्म ख्याली विचारधारा एक्सट्रीमिस्ट सीगे, ठीक है। तो ब्रिटिश सरकार दियां इंपीरियलिस्टिक समराजवादी नीतियां नूं नत्थ पाउण च इन्हां दे रोल नूं इग्नोर नहीं किया जा सकता। एक पैरे च उन्हां बारे इंट्रोडक्शन देती उक्का फुक्का जी टोटल जी इंट्रोडक्शन लमसम जी करती आपां कि अच्छा आ उन्हां दा योगदान सीगा दस तो इन्ना तो जरूरी हुंदा इस तो बाद ही भूमिका बनोगे ना तुसी अगली सारी। आ जाओ हुण अगे हुण मैं उन्हां दियां सियासी संगर्मियां बारे दसदा। कहिंदा वह 19वीं सदी के अंत च कांग्रेस च शामिल होए ते पंजाब च बहुत सारे राजनीतिक अंदोलनां च हिस्सा लिया ते भारत दी नूं राष्ट्र राजनीतिक भारत लोगों की राजनीतिक चेतना नूं जगाया, गल भी सही है। 1900 च पंजाब च इक ना जिहड़ा लैंड अलाइनेशन एक्ट ते पास होया सीगा ते उस तो बाद कलोनियां दा एक्ट पास होया सी कलोनाइजेशन अधिनियम उहदे तहत पंजाब दीयां कलोनियां च अंग्रेजां दी कीती जा रही कुरकी ते जट जिमीदार दा आड़तीआं नाल संबंध तोड़न वाली जिहड़ी साजिश सी जिहनूं लैंड अलाइनेशन अधिनियम कहा गया उहनां दे विरोध च पंजाब दे विच जिहड़ा अराजकता दा माहौल पैदा कीता सी ताकि पंजाबी अपनी गुलामी दा अहसास कर सकन वो यही लाला लाजपत राय ते इन्हां दे साथी किशन सिंह संधू ते अजीत सिंह संधू ही सीगे जिन्हां ने अंजुमन ए वतन ए नाम दी सोसाइटी बनाई ते लोकां नूं पगड़ी संभाल जट्टा दे अहसास नाल अपनियां जमीनां बचाउण दी
कन्विंस किया। सो ये गल इन्हों इग्नो बंगाल की वंड का सख्त विरोध किया ते पंजाब च उस वंड दे सेक नू लोकां नू अहसास कराया कि ये अपने ते भी मैडल पै सकता है। सो इहदे लई लोकां नू जागरूक किया। न्यूयॉर्क दे विच होम रूल लीग की स्थापना की। न्यूयॉर्क दे विच जदों ये बाहर पढ़न गए हुए सीगे ते अंतरराष्ट्रीय भाईचारे तो भारत दे भारत की आजादी की लड़ाई का समर्थन हासिल करन दी कोशिश की। ते अंबेडकर जिहड़े कि उस टाइम उत्थे बहुत अपनी पढ़ाई च मशरूफ सी उन्हां नू भी मिल के कन्विंस किया कि तुसीं भी आजादी की लड़ाई चाहो। ठीक है, आल इंडिया ट्रेड यूनियन कांग्रेस के प्रधान भी चुनिया गया 1920 व्यापारियों को भी आजादी की लड़ाई च ते कांग्रेस के अंदोलनों च ते नॉन कोऑपरेशन वर्गे असहयोग अंदोलन वर्गे अंदोलनों च शमूलीयत वास्ते कन्विंस करते रहे। उस तो बाद उन्हां नूं स्वराज प्रति जिहड़ा अंदोलन सी उहदे च उन्हां ने साइमन कमीशन का विरोध किया। ठीक है, तो पूर्ण स्वराज की जिहड़ी कांग्रेस की मंग सी उन्हूं ठोक के लोगों के सामने रखिया ते उसे दे विरोध के दौरान ही इन्हां नूं शहादत भी मिली है। सो ये उन्हां दे सियासी वो सीगे ते साफ पंजाब वंदे मातरम पंजाबी ते लोक ये उन्हां दियां पीपल जिन्हों द पीपल कह दिंदे आ लोक, चलो पंजाबी अनुवाद हो गया। सो इन्हां दे हफ्तावार अखबार भी सी जिन्हां दे थ्रू पंजाब च एक बड़ी वड्डे पद्धर ते चेतना फैलाउंदे रहे आ। ठीक है, सो उस तो बाद पंजाब जलियांवाले बाग की त्रासदी तो बाद पंजाब च कांग्रेस नू उस पद्धर ते लैके गए जिस पद्धर ते कांग्रेस पंजाब च 1920 तो बाद पहुंची है। ते कांग्रेस जिहड़ी सी उन्ने पंजाब ते इन्ना ध्यान दिता कि इस कांग्रेस ने बाद च अकाली दल दा गुरद्वारा लहर दे विच भी साथ दिता सी क्योंकि पंजाबियां दी अहमियत नू कांग्रेस जे समझ सकी आ ते उहदे च जिस शख्स ने एज अ ब्रिज पुल के तौर पर काम किया तो उस शख्स का नाम लाला लाजपत राय से। सो ये भी गल मैं इतने दसनी नहीं भुलिया। ठीक है, तो वह 1926 केंद्रीय विधानसभा सेंट्रल लैजिस्लेटिव के लीडर भी चुने गए तो कई जनतक मुद्दे जिमें कि पब्लिक सेफ्टी बिल सीगा। ठीक है, तो ट्रेड डिस्प्यूट बिल वो उन्होंने सामने आए तो उन्होंने सख्त विरोध खुद भी जिताया। ठीक है, सो समाजिक अंदोलन की गल कर लिए सिद्धी साहब आर्या समाज ना जुड़े रहे तो 1897 हिंदू राहत अंदोलन की स्थापना की जो उन्होंने समय भारत जिन्हें भी अकाल पीड़ित लोग सके। ठीक है, उन्होंने मदद की जा सके क्योंकि उन्होंने समय भारत लानिनो अल नीनो ईयर होण करके ना बहुत वड्डे पद्धर से अकाल पिया। ठीक है, उन्होंने जिहड़ियां राष्ट्रीय प्रचारक समितियां सी उन्हां दे विच भी मतलब योगदान पाया तां जो क्रिश्चन मिशनरीज़ दे काम नूं फेल किया जा सके ते सर्वेंट ऑफ पीपल सोसाइटी की स्थापना की 1921। ठीक है, उन्होंने भारत च पब्लिक फाइनांस वास्ते वित्ती समावेश लई जिहड़ा पंजाब नैशनल बैंक बनिया सी उहदे च भी उन्हां दी हिस्सेदारी आ, सह संस्थापक सीगे उहदे। ठीक है, तां जो भारत च जिहड़े एक कॉन्सैप्ट सी ना बैंक्स ऑन बेसिस ऑफ स्वराज स्वराजिस्ट बैंक कि स्वै राज्य वाले बैंक अपने बनन, भारत दे बैंक भारतीयां दी मैनेजमेंट ते भारतीय लोकां दी प्रोफेशनलिज़म ते भारतीय पूंजी नाल बनन उहदे ते इहनां दा विशेष ध्यान सीगा। सो उसे तहत बनिया पंजाब नैशनल बैंक च इह सह संस्थापक संस्थापक सीगे मतलब सह स्थापना इन्होंने करी सीगी। ठीक है, सो अगली गल ये गल बड़ी क्लीयर आ कि एक गर्म ख्याली लीडर होण करके गांधीवादियों नाल ते जिहड़े साडे आधुनिकवादी सी जिन्हां नूं आपां मॉडर्निस्ट कह दिंदे आ उहनां नाल इहनां दी घट बणदी सी। आर्या समाज दे विच शुद्धी लहर चलाउण च इहनां दा विशेष योगदान सी। इस करके ना जिहड़े उहनां समयां च भगत सिंह वर्गे लीडर सी जिहड़े कि अगे जा के लैनिन स्टैलिन दे सामवाद दे प्रभाव च आ गए जां कम्युनिस्टां दे प्रभाव च आ गए उहनां नाल फिर इहनां दी बणनी घट गई। सो भगत सिंह भी एक समय ते इहनां नूं अपना गवाचिया होया गुरु लॉस्ट गुरु कह दिंदे आ, पर हाँ ये जरूर आ कि समाज प्रति इन्हां दी देण चंगी सी, इन्हां ने बहुत इस तरीके दे लोकां लई काम किया है। सो कुल मिला के जे कोई मैनूं पुछे कि लाला लाजपत राय ते लिखना है, हुण एक गल बड़ी क्लीयर आ PCS किसी ना किसी पंजाब दे नायक ते सवाल पुछदी रहिंदी है। एक बार उधम सिंह ते पुछिया है, एक बार भगत सिंह ते पुछिया है, लाला लाजपत राय ते पुछिया है, कल नूं अजीत सिंह ते पुछणगे, सोहण सिंह भकना ते पुछणगे, करतार सिंह सराभा ते वी पुछणगे। ये तो 20 के पेपरों की गल आ, हजे तो 20 तो अगे बहुत पेपर होने हैं। सो कॉन्सैप्ट यही कहता है
कि तुहानू चंगी तरह लिखना आना चाहिए पंजाबी दे शब्दां च तुहाडी जान पछाण ते तुहाडा मेंटर तुहानू पंजाबी दे विच उहनां शब्दां बारे दस दे। असीं की करते हैं जिहड़ा बच्चा सानू पंजाबी च आंसर लिख के भेजदा उहदा पंजाबी च आंसर चैक करते हैं, इंग्लिश च भेजे तां असीं इंग्लिश च चैक करते हैं, PCS नू टारगेट कर रहे हैं तां जो कोई बच्चा PCS दी तैयारी करना चाहुंदा है ते वांझा ना रह जाए। तो मीडियम खुणो सानू कोई इतराज़ नहीं कि तुसी जिहड़े मर्जी मीडियम च साडे नाल जुड़ सकदे हो। PPSC च साडा तजर्बा काफ़ी हद तक ठीक रहा है, तुसी साडियां वीडियोज़ जिहड़ियां ने उन्हां नू देखो, क्वालिटी जिहड़ी है ना वह कम तो पहचानी जाऊगी। जे असी कह दईए असी एवें कर दांगे असी उवें कर दांगे, कहण नू तां कुछ भी आ, असी नहीं कहिंदे कि साडे तो बिना कोई होर नहीं कर पा रहा, साडे तो बिना कोई होर भी कर रहा वो तो कितने साडे तो चंगा कर रहा है, इहदे च कोई दो राय नहीं कि कोई सिर्फ असी ही अखीरला सचा, इह साडे तो भी बहुत वधिया, पर हाँ साडा इन्ना हक बनता है कि असी जे कुछ कर रहे हैं असी तुहानूं अपने सामने पेश कर दईए, तुहानूं जचूगा तां भी ठीक आ। मेरा परसनल नंबर आ, कॉल करो वट्सएप करो, क्लास च होऊंगा तां नहीं चकूंगा, बैक कॉल कर लांगे, वट्सएप कर दोगे तां एक सेव रहिंदा कि हाँ इस नंबर तो इनफॉर्मेशन आई है, इन्हां नाल गल करनी है। अज्ज वास्ते इन्ना ही बहुत आ, धन्नवाद।